ਲਓ ਜੀ, ਬਠਿੰਡਾ ਦੇ ਵਿੱਚ ਆ ਗਈ ਬਿਲਕੁਲ ਨਵੀਂ ਸਕੀਮ। ਇੱਕ ਦਸਤਖਤ ਕਰਨ ਦੇ ਬਦਲੇ ਮਿਲ ਰਹੇ ਨੇ ਪੂਰੇ 100 ਰੁਪਏ। ਬਠਿੰਡਾ ਦੀ ਇੱਕ ਸਮਾਜ ਸੇਵੀ ਸੰਸਥਾ ਨੇ ਸ਼ੁਰੂ ਕੀਤਾ ਵੱਖਰਾ ਉਪਰਾਲਾ। ਜਾਣੋ ਆਖਿਰ ਕਿਉਂ ਇਸ ਸਕੀਮ ਦਾ ਸਿਰਫ ਬਜ਼ੁਰਗ ਹੀ ਲੈ ਸਕਦੇ ਨੇ ਲਾਭ। ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਦੇਖ ਰਹੇ ਹੋ ਅਤੇ ਅੱਜ ਦੀ ਵੱਡੀ ਖਬਰ ਤੁਹਾਨੂੰ ਅਸੀਂ ਦੇਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਐਸੀ ਸਕੀਮ ਆ ਗਈ ਹੈ ਜਿਸ ਤੋਂ ਕਿ ਮਿੰਟਾਂ ਦੇ ਵਿੱਚ ਹੀ 100 ਰੁਪਏ ਬਣਾਏ ਜਾ ਸਕਦੇ ਨੇ। ਜਾਣ ਕੇ ਹੈਰਾਨ ਹੋਵੋਗੇ ਕਿ ਜੇਕਰ ਤੁਸੀਂ ਇੱਕ ਦਸਤਖਤ ਕਰ ਦਿੱਤੇ ਤਾਂ ਤੁਹਾਨੂੰ ਪੂਰੇ ਕਣਕ ਦੇ 100 ਰੁਪਏ ਮਿਲ ਸਕਦੇ ਨੇ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਦਸਤਖਤ ਯਾਨੀ ਕਿ ਸਾਈਨ ਤਾਂ ਅਸੀਂ ਰੋਜ਼ਾਨਾ ਹੀ ਕਈ ਵਾਰ ਅਤੇ ਕਿੰਨੀ ਵਾਰ ਕਰ ਜਾਂਦੇ ਹਾਂ, ਪਰ ਇਹਨਾਂ ਦਸਤਖਤ ਕਰਨ ਦਾ ਸਾਨੂੰ ਕੋਈ ਪੈਸਾ ਨਹੀਂ ਮਿਲਦਾ। ਪਰ ਬਠਿੰਡਾ ਦੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਐਸੀ ਵੀ ਹੈ ਜੋ ਸਿਰਫ ਦਸਤਖਤ ਯਾਨੀ ਕਿ ਸਾਈਨ ਕਰਨ ਦੇ ਬਦਲੇ ਤੁਹਾਨੂੰ 100 ਰੁਪਏ ਦਾ ਕਣਕ ਦਾ ਨੋਟ ਦੇ ਦਿੰਦੀ ਹੈ। ਹੁਣ ਦੱਸਦੇ ਹਾਂ ਕਿ ਬਠਿੰਡਾ ਦੇ ਪਿੰਡ ਬੱਲੋ ਦੇ ਵਿੱਚ ਸਵਰਗਵਾਸੀ ਗੁਰਬਚਨ ਸਿੰਘ ਬੱਲੋ ਸੇਵਾ ਸੁਸਾਇਟੀ ਦੇ ਗੁਰਮੀਤ ਸਿੰਘ ਮਾਨ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ। ਉਪਰਾਲਾ ਕੀਤਾ ਗਿਆ ਕਿ ਪਿੰਡ ਦੇ ਬਜ਼ੁਰਗ ਲੋਕਾਂ ਨੂੰ ਘੱਟੋ ਘੱਟ ਆਪਣਾ ਅੰਗੂਠਾ ਕਿਤੇ ਵੀ ਨਾ ਲਗਾਉਣਾ ਪਵੇ। ਅਜਿਹੇ ਦੇ ਵਿੱਚ ਜ਼ਰੂਰਤ ਸੀ ਕਿ ਪਿੰਡ ਦੇ ਹਰ ਇੱਕ ਬਜ਼ੁਰਗ ਨੂੰ ਆਪਣੇ ਸਾਈਨ ਕਰਨੇ ਆਉਣੇ ਬੇਹੱਦ ਜ਼ਰੂਰੀ ਨੇ। ਇਸੇ ਲਈ ਗੁਰਮੀਤ ਸਿੰਘ ਮਾਨ ਅਤੇ ਉਹਨਾਂ ਦੀ ਸੰਸਥਾ ਨੇ ਇਹ ਨਵੀਂ ਸਕੀਮ ਕਢਾ ਲਈ ਹੈ। ਇਸ ਸਕੀਮ ਦੇ ਤਹਿਤ ਜਾਂ ਫਿਰ ਕਹਿ ਲਈਏ ਕਿ ਇਸ ਵੱਖਰੇ ਉਪਰਾਲੇ ਦੇ ਤਹਿਤ ਪਿੰਡ ਦੀ ਲਾਇਬ੍ਰੇਰੀ ਦੇ ਵਿੱਚ ਬਜ਼ੁਰਗਾਂ ਦੀਆਂ ਕਲਾਸਾਂ ਲਵਾਈਆਂ ਜਾ ਰਹੀਆਂ ਨੇ। ਤਕਰੀਬਨ 2 ਤੋਂ ਲੈ ਕੇ 3 ਦਿਨ ਤੱਕ ਦਾ ਇਹ ਕੋਰਸ ਹੈ ਅਤੇ ਕੋਰਸ ਕੰਪਲੀਟ ਹੁੰਦੇ ਹੀ ਹਰ ਇੱਕ ਬਜ਼ੁਰਗ ਆਪਣੇ ਸਾਈਨ ਕਰਨੇ ਸਿੱਖ ਜਾਂਦਾ ਅਤੇ ਜਦੋਂ ਸਾਈਨ ਕਰਨੇ ਸਿੱਖ ਜਾਂਦਾ ਤਾਂ ਫਿਰ ਵਾਰੀ ਆਉਂਦੀ ਆ ਆਖਰੀ ਪੇਪਰ ਯਾਨੀ ਕਿ ਇਮਤਿਹਾਨ ਦੀ। ਇਸ ਕੋਰਸ ਤੋਂ ਬਾਅਦ ਬਜ਼ੁਰਗ ਨੂੰ ਇੱਕ ਸਾਫ਼ ਕਾਗਜ਼ ਦੇ ਦਿੱਤਾ ਜਾਂਦਾ ਜਿਸ 'ਤੇ ਉਸਨੇ ਸਿਰਫ ਆਪਣੇ ਨਾਂ ਦੇ ਦਸਤਖਤ ਕਰਨੇ ਹੁੰਦੇ ਨੇ। ਇੱਧਰੋਂ ਦਸਤਖਤ ਕੀਤੇ ਅਤੇ ਉੱਧਰੋਂ 100 ਰੁਪਏ ਦਾ ਕਣਕ ਦਾ ਨੋਟ ਤੁਹਾਡਾ। ਗੱਲ ਇੱਥੇ 100 ਰੁਪਏ ਦੀ ਨਹੀਂ ਹੈ, ਬਲਕਿ ਇਸ ਵੱਖਰੀ ਸੋਚ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਸੰਸਥਾ ਬਜ਼ੁਰਗਾਂ ਨੂੰ ਸਿੱਖਿਅਕ ਕਰ ਰਹੀ ਹੈ ਤਾਂ ਜੋ ਘੱਟੋ ਘੱਟ ਉਹ ਬੈਂਕਾਂ ਦੇ ਵਿੱਚ ਜਾ ਕੇ ਅੰਗੂਠੇ ਨਾ ਲਾਉਣ ਅਤੇ ਆਪਣੇ ਦਸਤਖਤ ਬੜੀ ਸ਼ਾਨ ਦੇ ਨਾਲ ਕਰਨ। ਸੋ ਬਜ਼ੁਰਗਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਆ। ਪਿੰਡ ਦੇ ਅਨੇਕਾਂ ਹੀ ਬਜ਼ੁਰਗ ਇਸ ਲਾਇਬ੍ਰੇਰੀ ਦੇ ਵਿੱਚ ਕਲਾਸਾਂ ਲਾਉਣ ਦੇ ਲਈ ਆ ਰਹੇ ਨੇ ਅਤੇ ਜਿਨ੍ਹਾਂ ਦੇ ਵੱਲੋਂ ਦਸਤਖਤ ਕਰਨੇ ਸਿੱਖ ਲਏ ਗਏ ਨੇ ਉਹਨਾਂ ਨੂੰ ਬਕਾਇਦਾ ਐਲਾਨ ਦੇ ਮੁਤਾਬਕ 100-100 ਰੁਪਏ ਵੀ ਨਾਲ ਹੀ ਨਾਲ ਦਿੱਤੇ ਜਾਂਦੇ ਨੇ। ਆਓ ਸੁਣਦੇ ਹਾਂ ਸੁਸਾਇਟੀ ਦੇ ਪ੍ਰਬੰਧਕਾਂ ਦਾ ਕੀ ਆਖਣਾ। ਇਹ ਜਿਹੜਾ ਅਜਿਹਾ ਫੰਕਸ਼ਨ ਹੈ ਸਾਡਾ ਸਵਰਗਵਾਸੀ ਗੁਰਬਚਨ ਸਿੰਘ ਵੱਲੋਂ ਸੇਵਾ ਸੁਸਾਇਟੀ ਵੱਲੋਂ ਸਰਦਾਰ ਗੁਰਮੀਤ ਸਿੰਘ ਜੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕਿ ਜਿਹੜਾ ਸਾਖਰਤਾ ਦਾ ਨਾਰਾ ਸੀ ਸਰਕਾਰ ਵੱਲੋਂ ਦਿੱਤਾ ਗਿਆ ਉਹ ਸਾਡੇ ਪਿੰਡ ਵਿੱਚ ਪੂਰੀ ਤਰ੍ਹਾਂ ਲਾਗੂ ਕਰਨਾ ਹੈ। ਅਸੀਂ ਪੂਰੇ ਬਜ਼ੁਰਗਾਂ ਨੂੰ ਜਿਹੜੇ ਪਿੰਡ ਦੇ ਹੈ ਉਹਨਾਂ ਨੂੰ ਨਾਂ ਪਾਉਣੇ ਆਪੋ ਆਪਣੇ ਸਿਖਾ ਦੇਣੇ ਹੈ ਤਾਂ ਕਿ ਬੈਂਕ ਜਾ ਕੇ ਜਾਂ ਕਿਸੇ ਵੀ ਦਫ਼ਤਰ 'ਚ ਜਾ ਕੇ ਉਹ ਪੈਡ ਨਹੀਂ ਮੰਗਣਗੇ, ਆਪਣੇ ਸਾਈਨ ਕਰਨਗੇ ਤਾਂ ਕਿ ਬੈਂਕਾਂ ਵਿੱਚ ਆਪਣਾ ਕੰਮ ਕਰਨਾ ਸੌਖਾ ਬੈਂਕ ਨੂੰ ਵੀ ਅਤੇ ਸਾਡੇ ਬਜ਼ੁਰਗਾਂ ਨੂੰ ਵੀ ਮਾਣ ਮਹਿਸੂਸ ਹੈ। ਅੱਜ ਦੇ ਦਸਤਖਤ ਕਰਕੇ ਤਾਂ ਸਾਡੇ ਬਜ਼ੁਰਗ ਇੰਨੇ ਖੁਸ਼ ਹੈ ਜਿਵੇਂ ਵਿਆਹਾਂ 'ਚ ਖੁਸ਼ ਹੁੰਦੇ ਆ ਅਤੇ ਨਾਲ ਹੀ ਸੰਸਥਾ ਵੱਲੋਂ ਇੱਕ ਸਤਿਕਾਰ ਦੇ ਤੌਰ 'ਤੇ ਇਨਾਮ ਦੇ ਤੌਰ 'ਤੇ ਜਿਹੜਾ ਵੀ ਬਜ਼ੁਰਗ ਦਸਤਖਤ ਕਰਨੇ ਸਿੱਖੂਗਾ 100 ਰੁਪਈਆ ਉਹਨਾਂ ਨੂੰ ਨਗਦ ਇਨਾਮ ਵਜੋਂ ਸੰਸਥਾ ਵੱਲੋਂ ਦਿੱਤਾ ਜਾਣਾ ਅਤੇ ਬਜ਼ੁਰਗ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਖੁਸ਼ ਨੇ ਅਤੇ ਸਿਖਾਉਣ ਵਾਲੇ ਵਲੰਟੀਅਰ ਵੀ ਸਾਡੇ ਪੂਰੇ ਖੁਸ਼ ਨੇ ਅਤੇ ਸਾਡਾ ਜਿਹੜਾ ਸੰਸਥਾ ਦਾ ਟੀਚਾ ਹੈ ਉਹ ਸਾਨੂੰ ਅੱਜ ਦਾ ਮਾਹੌਲ ਦੇਖ ਕੇ ਲੱਗਦਾ ਹੈ ਕਿ ਛੇਤੀ ਅਸੀਂ ਸਾਡੇ ਸਾਰੇ ਪਿੰਡ ਨੂੰ ਜਿਹੜਾ ਦਸਤਖਤਾਂ ਦੇ ਕਰਨ ਦਾ ਜਿਹੜਾ ਟੀਚਾ ਉਹ ਪੂਰਾ ਕਰ ਲਾਂਗੇ।
ਕਿੰਨੇ ਕੁ ਦਿਨਾਂ ਸਿੱਖ ਜਾਂਦੇ ਨੇ ਅਤੇ ਕਿੰਨੇ ਘੰਟੇ ਦੀ ਜਿਹੜੀ ਕਲਾਸ ਹੁੰਦੀ ਹੈ? ਅਸੀਂ ਸੰਸਥਾ ਵੱਲੋਂ ਜਿਹੜਾ ਟੀਚਾ ਰੱਖਿਆ ਇੱਕ ਘੰਟੇ ਦੀ ਕਲਾਸ ਰੱਖਾਂਗੇ ਰੋਜ਼ ਦੀ, ਅਤੇ ਜਿਹੜੇ ਬਜ਼ੁਰਗ ਨੇ ਸਾਨੂੰ ਐਂ ਲੱਗਦਾ ਵੀ ਇੱਕ ਦਿਨ 'ਚ ਹੀ ਸਾਰੇ ਸਿੱਖ ਜਾ ਕਰਨਗੇ, ਪਰ ਜੇ ਹੋ ਸਕਦਾ ਤਾਂ ਮੈਨੂੰ ਲੱਗਦਾ ਵੀ ਅਖੀਰ ਤੱਕ ਹੈ ਜਿਹੜਾ ਉਹ 2 ਤੋਂ 3 ਦਿਨਾਂ ਵਿੱਚ ਸਾਰੇ ਦਸਖਤ ਆਪੋ ਆਪਣੇ ਕਰਨੇ ਸਿੱਖ ਜਾਣਗੇ। ਅਸੀਂ 20-20 ਦਾ ਗਰੁੱਪ ਕਰਕੇ ਇਹਨਾਂ ਦੀਆਂ ਕਲਾਸਾਂ ਲਾਵਾਂਗੇ, ਕਿਉਂਕਿ ਜ਼ਿਆਦਾ ਬੱਚੇ ਜ਼ਿਆਦਾ ਬਜ਼ੁਰਗ ਇਕੱਠੇ ਕਰਕੇ ਸਿਖਾਉਣੇ ਔਖੇ ਨੇ। 20-20 ਦੀਆਂ ਕਲਾਸਾਂ ਅਸੀਂ 1 ਘੰਟਾ ਰੋਜ਼ ਸਾਡੀ ਲਾਇਬ੍ਰੇਰੀ ਵਿੱਚ ਲਾਈਆਂ ਜਾਣਗੀਆਂ। ਵਧੀਆ ਉਪਰਾਲਾ ਕਿਸ ਤਰ੍ਹਾਂ ਧਿਆਨ ਦੇ ਵਿੱਚ ਆਇਆ ਵੀ ਬਜ਼ੁਰਗਾਂ ਜਿਹੜਾ ਸੈਰ ਕਰਨੇ ਸਿਖਾਈਏ? ਇਹ ਸਾਡੇ ਗੁਰਮੀਤ ਸਿੰਘ ਮਾਨ ਦਾ ਸੁਪਨਾ ਜੀ, ਕਿਉਂਕਿ ਉਹ ਬਾਹਰ ਫਿਰਦੇ ਨੇ, ਉਹਨਾਂ ਨੂੰ ਪਤਾ ਕਿ ਪੜ੍ਹਾਈ ਦੀ ਕੀ ਕੀਮਤ ਹੈ। ਉਹ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਜਿਹੜਾ ਹਰ ਇੱਕ ਇਨਸਾਨ ਹੈ ਉਹ ਪੜ੍ਹਿਆ ਲਿਖਿਆ ਅਤੇ ਦਸਖਤ ਆਪਣੇ ਕਰਦਾ ਹੋਵੇ, ਕਿਤੇ ਵੀ ਜਾ ਕੇ ਕੋਈ ਪੈਰ ਨਾ ਮੰਗੇ। ਇਹ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੈ ਅਤੇ ਸੰਸਥਾ ਨੇ ਇਹ ਪੂਰਾ ਕਰਨ ਦਾ ਯਤਨ ਕੀਤਾ। ਕਿੰਨੇ ਕੁ ਜਾਣੇ ਸਿੱਖ ਗਏ ਜੀ? ਤਕਰੀਬਨ ਸਾਡੇ ਕੋਲ 20-15 ਕੁ ਜਾਣੇ ਨੇ ਅੱਜ ਪਹਿਲੇ ਦਿਨ ਆਏ, ਕਿਉਂਕਿ ਅਸੀਂ ਅੱਜ ਪਹਿਲੇ ਦਿਨ ਸ਼ੁਰੂ ਕੀਤਾ। 3-4 ਬੰਦੇ ਸਾਡੇ ਪਹਿਲਾਂ ਆਉਂਦੇ ਨੇ, ਪਰ ਅੱਜ ਤੋਂ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਅਤੇ ਹੁਣ ਇਹ ਸਾਡੀ ਕਲਾਸ ਰੋਜ਼ 1 ਘੰਟਾ ਲੱਗਿਆ ਕਰੂਗੀ। ਸਿਖਾਉਣ ਵਾਲੇ ਅਤੇ ਸਿੱਖਣ ਵਾਲੇ ਰੋਜ਼ ਇੱਥੇ ਆਇਆ ਕਰਨਗੇ। ਸੋ ਬਠਿੰਡਾ ਦੇ ਵਿੱਚ ਸਾਹਮਣੇ ਆਈ ਇਸ ਵੱਖਰੀ ਮੁਹਿੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਤਾਂ ਜੋ ਬਜ਼ੁਰਗ ਵੀ ਹੁਣ ਸਿੱਖਿਅਕ ਹੋ ਕੇ ਘੱਟੋ ਘੱਟ ਆਪਣੇ ਦਸਤਖਤ ਕਰਨ ਜੋਗੇ ਜ਼ਰੂਰ ਹੋ ਗਏ ਨੇ। ਬਿਊਰੋ ਰਿਪੋਰਟ, ਔਨ ਏਅਰ।